ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਸਵਾਗਤ ਕਰਦੀ ਹਾਂ MCVP ਚੈਨਲ ਦੇ ਵਿੱਚ ਮੈਂ ਸਾਹਿਬ ਤੇ ਅੱਜ ਸਾਡੇ ਨਾਲ ਰੂਬਰੂ ਹੋਣ ਜਾ ਰਹੇ ਨੇ ਪੰਜਾਬ ਦੀ ਉੱਘੀ ਹਸਤੀ ਜਿਨੇ ਪੰਜਾਬੀ ਸਾਹਿਤ ਦੇ ਵਿੱਚ ਹੁਣ ਤੱਕ ਆਪਣਾ ਵਡਮੁੱਲਾ ਯੋਗਦਾਨ ਪਾਇਆ ਸਾਡੇ ਨਾਲ ਮੌਜੂਦ ਨੇ ਸੁਖਿੰਦਰ ਅੰਮ੍ਰਿਤ ਜੀ ਇੱਕ ਹੋਨਹਾਰ ਕਵਿਤਰੀ ਤੇ ਗਜ਼ਲ ਗੀਤਕਾਰ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਬਹੁਤ ਵਧੀਆ ਤੁਹਾਨੂੰ ਮਿਲ ਕੇ ਹੋਰ ਵਧੀਆ ਹੋ ਗਿਆ ਥੈਂਕ ਯੂ ਮੈਮ ਸੋ ਅੱਜ ਇਸ ਈਵੈਂਟ 'ਚ ਆ ਕੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਉਦੋਂ ਤੁਹਾਨੂੰ ਪੁਰਸਕਾਰ ਮਿਲਿਆ ਹੈ ਹਾਂਜੀ ਬਹੁਤ ਚੰਗਾ ਲੱਗਦਾ ਹਮੇਸ਼ਾ ਜਦੋਂ ਵੀ ਕੋਈ ਪੁਰਸਕਾਰ ਸਨਮਾਨ ਮਿਲਦਾ ਲੱਗਦਾ ਕਿ ਪੰਜਾਬੀ ਕਵਿਤਾ ਨੂੰ ਪੜ੍ਹਿਆ ਜਾ ਰਿਹਾ ਸੁਲਾਇਆ ਜਾ ਰਿਹਾ ਪਿਆਰਿਆ ਜਾ ਰਿਹਾ ਸੋ ਇਹ ਪੰਜਾਬੀ ਕਵਿਤਾ ਦੀ ਬੜੀ ਆਈ ਹੈ ਮੈਮ ਨਾਲ ਹੀ ਅਸੀਂ ਚਾਹੁੰਦੇ ਹਾਂ ਕਿ ਦੋ ਲਾਈਨਾਂ ਕੁਝ ਵੀ ਤੁਹਾਡੀ ਮਨਪਸੰਦ ਤੁਹਾਡੀ ਲਿਖੀਆਂ ਹੋਈਆਂ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਜੀ ਬਾ ਅਦਬ ਬਾ ਮੁਲਾਹਜ਼ਾ ਅਤੇ ਬਾ ਦਲੀਲ ਹਾਂ ਬਾ ਅਦਬ ਬਾ ਮੁਲਾਹਜ਼ਾ ਅਤੇ ਬਾ ਦਲੀਲ ਹਾਂ ਮੈਂ ਰੋਸ਼ਨੀ ਹਾਂ ਆਪਣੀ ਆਪੇ ਵਕੀਲ ਹਾਂ ਹੋਣੇ ਹੀ ਸੀ ਇਹ ਜ਼ਖਮ ਤਾਂ ਮੇਰੇ ਵਜੂਦ 'ਤੇ ਹੋਣੇ ਹੀ ਸੀ ਇਹ ਜ਼ਖਮ ਤਾਂ ਮੇਰੇ ਵਜੂਦ 'ਤੇ ਮੈਂ ਜ਼ਿੰਦਗੀ ਦੇ ਦੁਰਗ ਦੀ ਬਾਹਰੀ ਫਸੀਲ ਹਾਂ ਔਰ ਕੋਈ ਨਾ ਜਾਣੇ ਕਿੰਨੀਆਂ ਮੱਛੀਆਂ ਦਾ ਦਰਦ ਹਾਂ ਕੋਈ ਨਾ ਜਾਣੇ ਕਿੰਨੀਆਂ ਮੱਛੀਆਂ ਦਾ ਦਰਦ ਹਾਂ ਜੋ ਚਾਣ ਚੱਕ ਪੱਥਰ ਆ ਗਈ ਸੀ ਉਹੀ ਝੀਲ ਹਾਂ ਔਰ ਜਿੰਨਾ ਕੁ ਬੇਲਿਹਾਜ਼ ਤੋਂ ਓਨੀ ਕੁ ਮੈਂ ਬੇਬਾਕ ਜਿੰਨਾ ਕੁ ਬੇਲਿਹਾਜ਼ ਤੋਂ ਓਨੀ ਕੁ ਮੈਂ ਬੇਬਾਕ ਜਿੰਨਾ ਕੁ ਤੂੰ ਸ਼ਰੀਫ ਮੈਂ ਓਨੀ ਸੁਸ਼ੀਲ ਹਾਂ ਜਿੰਨਾ ਕੁ ਤੂੰ ਸ਼ਰੀਫ ਮੈਂ ਓਨੀ ਸੁਸ਼ੀਲ ਬਹੁਤ ਖੂਬ ਬਹੁਤ ਸੋਹਣਾ ਮੈਮ ਨਾਲੇ ਅਸੀਂ ਇਹ ਵੀ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਉਸ ਦੌਰ 'ਚੋਂ ਨਿਕਲੇ ਹੋ ਜਦੋਂ ਕੁੜੀਆਂ ਨੂੰ ਬਹੁਤ ਦੱਬਿਆ ਜਾਂਦਾ ਸੀ ਉਹਨਾਂ ਦੇ ਸੁਪਨਿਆਂ ਨੂੰ ਇੰਨਾ ਤਵੱਜੋ ਨਹੀਂ ਦਿੱਤੀ ਜਾਂਦੀ ਸੀ ਬਟ ਫਿਰ ਵੀ ਤੁਸੀਂ ਉਸ ਮੁਕਾਮ 'ਤੇ ਪਹੁੰਚੇ ਤੁਹਾਨੂੰ ਇੱਕ ਜ਼ਿੱਦ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚੋਂ ਮੁਕਾਮ ਹਾਸਿਲ ਕਰਨਾ ਮੈਂ ਚਾਹੁੰਦੀ ਹਾਂ ਕਿ ਤੁਸੀਂ ਉਹਨਾਂ ਕੁੜੀਆਂ ਨੂੰ ਇੱਕ ਸੰਦੇਸ਼ ਦਿਓ ਜਿਹੜੀਆਂ ਅੱਜ ਦੱਬੀਆਂ ਘੁੱਟੀਆਂ ਰਹਿੰਦੀਆਂ ਨੇ ਆਪਣੇ ਹੱਕਾਂ ਲਈ ਅੱਜ ਵੀ ਬੋਲ ਨਹੀਂ ਪਾਉਂਦੀਆਂ ਹਾਂ ਮੈਂ ਉਹਨਾਂ ਸਾਰੀਆਂ ਕੁੜੀਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਉਹ ਆਪਣੇ ਹੱਕਾਂ ਲਈ ਲੜਨ ਆਪਣੇ ਜਿਹੜਾ ਸਥਾਨ ਉਹਨਾਂ ਦਾ ਬਣਦਾ ਸਾਡੇ ਸਮਾਜ ਵਿੱਚ ਘਰ ਪਰਿਵਾਰ 'ਚ ਜਾਂ ਕਿਸੇ ਸੰਸਥਾ ਦੇ ਵਿੱਚ ਉਹਨੂੰ ਪ੍ਰਾਪਤ ਕਰਨ ਲਈ ਜਦੋਂ ਜਹਿਦ ਜ਼ਰੂਰ ਕਰਨੀ ਕਿਉਂਕਿ ਉਹਦੇ ਨਤੀਜੇ ਆਉਂਦੇ ਆ ਤਾਂ ਜਦੋਂ ਸਾਨੂੰ ਆਪਣਾ ਸਥਾਨ ਨਹੀਂ ਮਿਲਦਾ ਤਾਂ ਉਹ ਫਿਰ ਲੜ ਕੇ ਲੈਣਾ ਹੀ ਪੈਂਦਾ ਹੈ ਨਾ ਸੋ ਉਹਦੇ ਨੇ ਲੜਨਾ ਔਰ ਅੱਜ ਕੱਲ੍ਹ ਕੁੜੀਆਂ ਬਹੁਤ ਜਾਗਰੂਕ ਹੋ ਗਈਆਂ ਔਰ ਸੰਘਰਸ਼ ਕਰਦੀਆਂ ਨੇ ਲੜਦੀਆਂ ਨੇ ਆਪਣੀ ਆਜ਼ਾਦੀ ਲਈ ਅਤੇ ਉਹਨਾਂ ਨੂੰ ਕਾਮਯਾਬੀ ਹੋ ਰਹੀਆਂ ਨੇ ਸੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਚੰਗਾ ਲੱਗਦਾ ਤੁਹਾਨੂੰ ਮਿਲ ਕੇ ਥੈਂਕ ਯੂ ਮੈਮ ਬਹੁਤ ਦਿਲੋਂ